ਦੂਜੇ ਦਿਨ ਯੋਹੰਨਾ ਅਤੇ ਉਹਦੇ ਚੇਲਿਆਂ ਵਿੱਚੋਂ ਦੋ ਜਣੇ ਖਲੋਤੇ ਹੋਏ ਸਨ, ਪਰ ਉਸਨੇ ਯਿਸੂ ਨੂੰ ਤੁਰਿਆ ਜਾਂਦਾ ਵੇਖ ਕੇ ਆਖਿਆ, ਵੇਖੋ ਪਰਮੇਸ਼ਰ ਦਾ ਲੇਲਾ। ਤਾਂ ਉਹ ਦੋਵੇਂ ਚੇਲੇ ਉਸਦੀ ਗੱਲ ਸੁਣ ਕੇ ਯਿਸੂ ਦੇ ਮਗਰ ਤੁਰ ਪਏ। ਤਾਂ ਯਿਸੂ ਨੇ ਪਿਛਾਹਾਂ ਮੁੜ ਕੇ ਅਤੇ ਉਹਨਾਂ ਨੂੰ ਮਗਰ ਆਉਂਦੇ ਵੇਖ ਕੇ ਉਹਨਾਂ ਨੂੰ ਆਖਿਆ, ਤੁਸੀਂ ਕੀ ਪਾਲਦੇ ਹੋ? ਹੇ ਰੱਬੀ, ਤੁਸੀਂ ਕਿੱਥੇ ਟਿਕਦੇ ਹੋ? ਰੱਬੀ, ਰੱਬੀ। ਇਸ ਸ਼ਬਦ ਦਾ ਅਰਥ ਹੈ ਗੁਰੂ। ਆਓ ਅਤੇ ਵੇਖੋ। ਤਦ ਦੁਪਹਿਰੀ ਦੇ ਕੋਈ 4 ਵਜੇ ਦਾ ਸਮਾਂ ਸੀ। ਉਹਨਾਂ ਦੋਹਾਂ ਵਿੱਚੋਂ ਜਿਨ੍ਹਾਂ ਨੇ ਯੋਹੰਨਾ ਦੀ ਗੱਲ ਸੁਣੀ ਅਤੇ ਯਿਸੂ ਦੇ ਮਗਰ ਹੋ ਤੁਰੇ, ਇੱਕ ਸ਼ਮਾਉਨ ਪਤਰਸ ਦਾ ਭਰਾ ਅੰਦਰਿਆਸ ਸੀ। ਉਸ ਨੇ ਆਪਣੇ ਭਰਾ ਸ਼ਮਾਉਨ ਨੂੰ ਪਹਿਲਾਂ ਲੱਭ ਲਿਆ। ਅਸਾਂ ਮਸੀਹ ਨੂੰ ਲੱਭ ਲਿਆ। ਇਸ ਸ਼ਬਦ ਦਾ ਅਰਥ ਹੈ ਮਸੀਹ। ਵੇਖ, ਵੇਖ। ਅੰਦਰਿਆਸ ਸ਼ਮਾਉਨ ਨੂੰ ਯਿਸੂ ਕੋਲ ਲਿਆਇਆ। ਤੇ ਯਿਸੂ ਨੇ ਉਸ ਵੱਲ ਦ੍ਰਿਸ਼ਟੀ ਕਰਕੇ ਵੇਖਿਆ ਤੇ ਉਸ ਨੂੰ ਕਿਹਾ, ਤੂੰ ਯੋਹੰਨਾ ਦਾ ਪੁੱਤਰ ਸ਼ਮਾਉਨ ਹੈ, ਤੂੰ ਕੇਫਾਸ ਅਰਥਾਤ ਪਤਰਸ ਸਦਾਵੇਂਗਾ। ਪਤਰਸ ਦਾ ਅਰਥ ਹੈ ਇੱਕ ਪੱਥਰ। ਅਗਲੇ ਪਲਕ ਯਿਸੂ ਨੇ ਚਾਹਿਆ ਜੋ ਉੱਥੋਂ ਨਿਕਲ ਕੇ ਗਲੀਲ ਵਿੱਚ ਜਾਵੇ। ਤਾਂ ਫਿਲਿਪ ਉਸ ਨੂੰ ਲੱਭ ਕੇ ਉਹਨੂੰ ਆਖਿਆ, ਮੇਰੇ ਪਿੱਛੇ ਹੋ ਤੁਰ। ਅਤੇ ਫਿਲਿਪੁਸ ਬੈਤਸੈਦੇ ਦਾ ਸੀ, ਜੋ ਅੰਦਰਿਆਸ ਅਰ ਪਤਰਸ ਦਾ ਨਗਰ ਹੈ। ਫਿਲਿਪੁਸ ਨੇ ਅੰਦਰਿਆਸ ਨੂੰ ਲੱਭ ਲਿਆ। ਜਿਹਦੇ ਵਿਖੇ ਮੂਸਾ ਨੇ ਤੁਰੇਤ ਵਿੱਚ ਅਤੇ ਨਬੀਆਂ ਨੇ ਲਿਖਿਆ, ਸੋ ਅਸਾਂ ਉਸ ਨੂੰ ਲੱਭ ਲਿਆ ਹੈ। ਉਹ ਯਿਸੂ ਹੈ, ਯੂਸਫ ਦਾ ਪੁੱਤਰ, ਨਾਸਰਤ ਦਾ ਹੈ। ਭਲਾ ਨਾਜ਼ਰਤ ਵਿੱਚੋਂ ਕੋਈ ਉੱਤਮ ਵਸਤੂ ਨਿਕਲ ਸਕਦੀ ਹੈ? ਆਤੇ ਵੇਖ। ਯਿਸੂ ਨੇ ਨਥਾਨੀਅਲ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਹਦੇ ਵਿਖੇ ਆਖਿਆ, ਵੇਖੋ ਸੱਚਾ ਇਸਰਾਇਲੀ, ਜਿਹਦੇ ਵਿੱਚ ਛਲ ਨਹੀਂ ਹੈ। ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ? ਉਸ ਤੋਂ ਪਹਿਲਾਂ ਜੋ ਫਿਲਿਪ ਉਸਨੇ ਤੈਨੂੰ ਸੱਦਿਆ, ਜਾਂ ਤੂੰ ਹੰਜੀਰ ਦੇ ਬਿਰਛ ਹੇਠ ਸੈਂ, ਮੈਂ ਤੈਨੂੰ ਵੇਖਿਆ। ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਸਰਾਇਲ ਦੇ ਬਾਦਸ਼ਾਹ ਹੋ। ਕੀ ਤੂੰ ਇਸ ਲਈ ਨਿਹਚਾ ਕਰਦਾ ਜੋ ਮੈਂ ਤੈਨੂੰ ਕਿਹਾ ਕਿ ਹੰਜੀਰ ਦੇ ਬਿਰਛ ਹੇਠ ਮੈਂ ਤੈਨੂੰ ਵੇਖਿਆ? ਤੂੰ ਇਹਨਾਂ ਨਾਲੋਂ ਵੱਡੀਆਂ ਗੱਲਾਂ ਵੇਖੇਗਾ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੋ ਤੁਸੀਂ ਆਕਾਸ਼ ਨੂੰ ਖੁੱਲ੍ਹਾ ਅਤੇ ਪਰਮੇਸ਼ਵਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜ੍ਹਦੇ ਅਤੇ ਉਤਰਦੇ ਵੇਖੋਗੇ,